ਬਟਾਲਾ ਦੇ ਪਿੰਡ ਚੱਕ ਸ਼ਰੀਫ ਤੋਂ ਖਬਰ ਹੈ ਜਿੱਥੇ ਇੱਕ ਭਰਾ ਨੇ ਆਪਣੇ ਹੀ ਭਰਾ ਨੂੰ ਕਤਲ ਕਰ ਦਿੱਤਾ। ਰਿਸ਼ਤੇ ਤਾਰ ਤਾਰ ਹੋਏ ਜ਼ਮੀਨ ਦੇ ਟੁਕੜੇ ਦੇ ਲਈ, ਮਹਿਜ਼ ਜ਼ਮੀਨ ਦੇ ਛੋਟੇ ਜਿਹੇ ਟੁਕੜੇ ਦੇ ਲਈ ਇੱਕ ਭਰਾ ਨੇ ਆਪਣੇ ਰਿਸ਼ਤੇ ਨੂੰ ਤਾਰ ਤਾਰ ਕਰ ਦਿੱਤਾ ਹੈ। ਖੂਨ ਨੇ ਆਪਣਾ ਹੀ ਖੂਨ ਵਹਾ ਦਿੱਤਾ, ਘਰ ਦੇ ਵਿੱਚ ਵੜ ਕੇ ਆਪਣੇ ਭਰਾ ਨੂੰ ਮੌਤ ਦੇ ਘਾਟ ਉਤਾਰਿਆ। ਤਾਏ ਦੇ ਮੁੰਡੇ ਨੇ ਵਿਦੇਸ਼ ਤੋਂ ਆਏ ਭਰਾ ਨੂੰ ਮੌਤ ਦੇ ਘਾਟ ਉਤਾਰਿਆ ਸਿਰਫ ਜ਼ਮੀਨ ਦੇ ਟੁਕੜੇ ਦਾ ਲਾਲਚ। ਮ੍ਰਿਤਕ ਦੀ ਪਹਿਚਾਣ 34 ਸਾਲਾ ਗੁਰਪ੍ਰੀਤ ਵਜੋਂ ਹੋਈ ਹੈ। ਕਾਤਿਲ ਭਰਾ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ। ਪੁਲਿਸ ਪਾਲ ਦੇ ਵਿੱਚ ਜੁੜ ਚੁੱਕੀ ਹੈ। ਇੱਕ ਮਹੀਨਾ ਪਹਿਲਾਂ ਹੀ ਪੁਰਤਗਾਲ ਤੋਂ ਪਿੰਡ ਪਰਤਿਆ ਸੀ ਇਹ ਨੌਜਵਾਨ, ਜਿਸ ਨੂੰ ਕਤਲ ਕੀਤਾ ਗਿਆ। ਅਵਤਾਰ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਅਵਤਾਰ, ਮੈਂ ਜ਼ਮੀਨ ਦੇ ਟੁਕੜੇ ਦੇ ਲਈ ਰਿਸ਼ਤੇ ਤਾਰ ਤਾਰ ਹੋ ਗਏ, ਖੂਨ ਦੇ ਰਿਸ਼ਤੇ ਇੰਨੇ ਫਿੱਕੇ ਹੋ ਗਏ ਕਿ ਭਰਾ ਨੇ ਭਰਾ ਨੂੰ ਕਤਲ ਕਰ ਦਿੱਤਾ ਬੇਰਹਿਮੀ ਦੇ ਨਾਲ। ਬਿਲਕੁਲ, ਮੈਂ ਦੱਸਦਾ ਵਾਂ ਕਿ ਸਾਰਾ ਮਾਮਲਾ ਗੁਰਦਾਸਪੁਰ ਦੇ ਪਿੰਡ ਚੱਕ ਸ਼ਰੀਫ ਦਾ ਦੱਸਿਆ ਜਾ ਰਿਹਾ, ਜਿੱਥੇ ਇੱਕ ਤਾਏ ਦੇ ਮੁੰਡੇ ਨੇ ਜ਼ਮੀਨ ਦੇ ਟੁਕੜੇ ਦੇ ਕਰਕੇ ਆਪਣੇ ਚਾਚੇ ਦੇ ਬੇਟੇ ਦਾ ਜਿਹੜਾ ਵਾ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਪਹਿਲਾਂ ਹੀ ਪੁਲਿਸ ਨੂੰ 7 ਵਜੇ ਦੀ ਸ਼ਾਮ 7 ਵਜੇ ਦੇ ਕਰੀਬ ਜਿਹੜਾ ਵਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੀਗਾ ਉਸਦਾ ਜਿਹੜਾ ਭਰਾ ਦੇ ਨਾਲ ਕਲੇਸ਼ ਚੱਲ ਰਿਹਾ ਤਾਂ ਆਉਣ ਵਾਲੇ ਸਮੇਂ ਦੀ ਜਿਹੜੀ ਹੱਤਿਆ ਹੋ ਸਕਦੀ ਹੈ। ਲੇਕਿਨ ਪੁਲਿਸ ਨੇ ਕੋਈ ਵੀ ਐਕਸ਼ਨ ਨਹੀਂ ਕੀਤਾ। ਜਿਸ ਤੋਂ ਬਾਅਦ 9 ਵਜੇ ਦੇ ਕਰੀਬ ਜਿਹੜਾ ਵਾ ਤਾਏ ਦਾ ਮੁੰਡਾ ਵਾ ਚਾਚੇ ਦੇ ਮੁੰਡੇ ਦੇ ਘਰ ਜਾਂਦਾ ਤਾਂ ਉਸਦਾ ਜਿਹੜਾ ਉੱਥੇ ਕਤਲ ਜਿਹੜਾ ਵਾ ਕਰ ਦਿੱਤਾ ਜਾਂਦਾ। ਦੱਸਿਆ ਜਾ ਰਿਹਾ ਕਿ ਇਹ ਜਿਹੜਾ ਨੌਜਵਾਨ ਹੈਗਾ ਜਿਸਦੀ ਮੌਤ ਹੋਈ ਹੈਗੀ ਆ ਇਹ ਕੁਝ ਦੇ 1-2 ਮਹੀਨੇ ਪਹਿਲਾਂ ਜਿਹੜਾ ਪੁਰਤਗਾਲ ਤੋਂ ਵਾਪਸ ਆਇਆ ਹੋਇਆ ਸੀਗਾ, ਜਿਸਦੀ ਪਹਿਚਾਣ ਜਿਹੜੀ ਆ ਗੁਰਪ੍ਰੀਤ ਸਿੰਘ ਉਮਰ ਜਿਹੜੀ ਆ 34 ਸਾਲ ਦੱਸੀ ਜਾ ਰਹੀ ਆ। ਫਿਲਹਾਲ ਪੁਲਿਸ ਨੇ ਜਿਹੜਾ ਮਾਮਲਾ ਦਰਜ ਕਰ ਦਿੱਤਾ ਗਿਆ ਵਾ, ਕਿਹਾ ਜਾ ਰਿਹਾ ਕਿ ਜਲਦ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਜੇਕਰ 7 ਵਜੇ ਹੀ ਪੁਲਿਸ ਨੇ ਕੋਈ ਐਕਸ਼ਨ ਲਿਆ ਹੁੰਦਾ ਤਾਂ ਸ਼ਾਇਦ ਇਹ ਕਤਲ ਜਿਹੜਾ ਵਾ ਨਹੀਂ ਹੁੰਦਾ। ਤੇ ਪੁਲਿਸ ਹੁਣ ਕਿੰਨੀ ਸੰਜੀਦਗੀ ਦਿਖਾ ਰਹੀ ਆ ਮਾਮਲੇ ਨੂੰ ਲੈ ਕੇ? ਬਿਲਕੁਲ, ਫਿਲਹਾਲ ਜਿਹੜੇ ਨੇ ਮ੍ਰਿਤਕ ਦੇ ਜਿਹੜੇ ਪਰਿਵਾਰਕ ਮੈਂਬਰ ਹੈਗੇ ਨੇ ਉਹਨਾਂ ਦੇ ਜਿਹੜੇ ਬਿਆਨ ਨੇ ਉਹ ਦਰਜ ਕੀਤੇ ਜਾ ਰਹੇ ਨੇ। ਪੁਲਿਸ ਨੇ FIR ਦਰਜ ਕਰ ਦਿੱਤੀ ਗਈ ਆ, ਲੇਕਿਨ ਜਿਹੜਾ ਮੁੱਖ ਆਰੋਪੀ ਹੈਗਾ ਜਿਸਨੇ ਕਤਲ ਕੀਤਾ ਹੈਗਾ ਉਹ ਅਜੇ ਵੀ ਫਰਾਰ ਦੱਸਿਆ ਜਾ ਰਿਹਾ। ਪੁਲਿਸ ਦਾ ਕਹਿਣਾ ਹੈਗਾ ਕਿ ਵੱਖ ਵੱਖ ਟੀਮਾਂ ਬਣਾ ਕੇ ਇਸ ਆਰੋਪੀ ਨੂੰ ਫੜਨ ਦੀ ਜਿਹੜੀ ਕੋਸ਼ਿਸ਼ ਵਾ ਕੀਤੀ ਜਾ ਰਹੀ ਹੈ। ਜੀ ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ। ਜਿਸ ਤੱਕ ਅਪਡੇਟ ਆਏਗਾ ਸਾਡੇ ਤੱਕ ਜਾਣਕਾਰੀ ਜ਼ਰੂਰ ਪਹੁੰਚਾਉਣਾ।